ਅਸੀਂ ਤੇ ਤੁਸੀਂ ਆਨ ਟੈਂਗ ਟੀਵੀ। ਹਾਏ ਹੈਲੋ ਸਤਿ ਸ਼੍ਰੀ ਅਕਾਲ, ਮੇਰਾ ਨਾਮ ਆ ਬਾਬਾ ਸਰਪਾਲ ਤੇ ਤੁਸੀਂ ਦੇਖ ਰਹੇ ਹੋ ਚੰਗੀ ਟੀਵੀ। ਵੈਸੇ ਨਾ ਇਨਸਾਨ ਨੂੰ ਵਿਆਹ ਕਰਾਉਣ ਦੀ ਕਾਹਲੀ ਹੁੰਦੀ ਆ ਤੇ ਕਿਸੇ ਇਨਸਾਨ ਨੂੰ ਆਫਿਸ ਤੋਂ ਛੇਤੀ ਵਾਪਸ ਘਰ ਆਉਣ ਦੀ ਕਾਹਲੀ ਹੁੰਦੀ ਆ, ਸਿੰਗਰਾਂ ਨੂੰ ਹਿੱਟ ਹੋਣ ਦੀ ਕਾਹਲੀ ਹੁੰਦੀ ਆ ਤੇ ਅੱਧੇ ਪੰਜਾਬੀਆਂ ਨੂੰ ਕੈਨੇਡਾ ਵਿੱਚ ਫਿੱਟ ਹੋਣ ਦੀ ਕਾਹਲੀ ਹੁੰਦੀ ਆ, ਤੇ ਜਿਸ ਚੀਜ਼ ਦੀ ਮੈਨੂੰ ਕਾਹਲੀ ਆ ਉਹ ਆ ਮੁਕਲਾਵਾ ਫਿਲਮ ਬਾਰੇ ਦੱਸਣ ਦੀ, ਜਿਹਦੇ ਵਿੱਚ ਐਮੀ ਵਿਰਕ ਨੂੰ ਮੁਕਲਾਵਾ ਲੈ ਕੇ ਜਾਣ ਦੀ ਕਾਹਲੀ ਆ। ਮੈਨੂੰ ਕਿਹਨੂੰ ਲੈ ਕੇ ਮੈਂ ਵੀ ਨਾਲ ਜਾਣਾ ਸੀ। ਬਹੁਤ ਹੋ ਗਿਆ ਪਖੰਡ ਤੁਹਾਡਾ, ਛੋਟੀ ਦਾ ਮੁਕਲਾਵਾ ਤਾਂ ਕੀ, ਮੈਂ ਤਾਂ ਹੁਣ ਵੱਡੀ ਵੀ ਨੀ ਤੋਰਨੀ। ਤੈਨੂੰ ਦੂਰ ਹੋਣ ਨਹੀਂ ਦੇਣਾ ਮੈਂ, ਮੈਨੂੰ ਮੇਰੀ ਘਰ ਵਾਲੀ ਦਾ ਮੂੰਹ ਖਾ ਦੇ, ਤੂੰ ਮੇਰਾ ਵਿਚੋਲਾ। ਤੂੰ ਚਾਹਨਾ ਮੈਂ ਤੈਨੂੰ ਤੇਰੇ ਸਹੁਰੇ ਲੈ ਕੇ ਜਾਵਾਂ ਤੇ ਬਹੂ ਦਾ ਮੂੰਹ ਖਾਵਾਂ ਤੇ ਆਪਣੇ ਸਿਰ ਚ ਸਵਾ ਪਾਵਾਂ। ਵਿਚੋਲੇ ਦੀ ਲੱਤ ਤਾਂ ਰਿਸ਼ਤਾ ਦੋਏ ਤੋੜ ਦੇ, ਉਹ ਕਰਾਓ ਲੱਤ ਨੂੰ ਪਲਸਤਰ ਤੇ ਮੈਂ ਕਰਾਉਣਾ ਤੈਨੂੰ ਰਿਸ਼ਤਾ। ਬੱਬੇ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਰਿਸ਼ਤੇ ਟੁੱਟ ਜਾਂਦੇ ਆ। ਟੁੱਟਣ ਨੂੰ ਰਹਿ ਕੀ ਗਿਆ ਹੁਣ? ਸ਼ਮਾ ਤੇ ਮਚਣ ਪਤੰਗੇ। ਤਾਰੋ ਤੂੰ ਸਿੰਦੇ ਨੂੰ ਸੱਚੀ ਪਿਆਰ ਕਰਦੀ ਆ? ਸਿੰਦਿਆ ਹੁਣ ਨਹੀਂ ਦਿੰਦੇ ਤੇਰਾ ਮੁਕਲਾਵਾ। ਯਾਰ ਐਂ ਕਿਵੇਂ ਦੇਣਗੇ ਮੁਕਲਾਵਾ? ਮੁਕਲਾਵਾ ਤਾਂ ਉਹ ਭੱਜਿਆ, ਬੰਦਾ ਲਿਆਉਣ ਵਾਲਾ ਚਾਹੀਦਾ। ਉਹ ਨਾਲੇ ਐਮੀ ਭਾਜੀ ਬੰਦਾ ਵਿਆਹ ਤੋਂ ਪਹਿਲਾਂ ਹੀ ਕਹਿੰਦਾ ਵਾ ਓਏ ਵਿਚੋਲਿਆ ਇੱਧਰ ਲਿਆ ਮੁਕਲਾਵਾ, ਮੈਂ ਨੀ ਜਾਣਾ। ਜੇ ਤੂੰ ਕੱਲੇ ਨੇ ਜਾਣਾ ਵੀ ਹੈ ਨਾ ਤਾਂ ਭੁੱਕੀ ਖਾ ਕੇ ਥੋੜਾ ਜਿਹਾ ਕੈੜਾ ਜਿਹਾ ਹੋ ਕੇ ਜਾਏ, ਕਿਉਂਕਿ ਚਪੇੜਿਆਂ ਦੀਆਂ ਲਾਸ਼ਾਂ ਬਹੁਤ ਗੂੜੀਆਂ ਪੈਂਦੀਆਂ। ਦੋਸਤੋ ਟ੍ਰੇਲਰ ਤੋਂ ਤਾਂ ਇਹ ਮੂਵੀ ਬਹੁਤ ਵਧੀਆ ਲੱਗ ਰਹੀ ਆ, ਸੌਂਗਸ ਵੀ ਫਿਲਮ ਦੇ ਬਹੁਤ ਪਿਆਰੇ ਆ, ਬਾਕੀ 24 ਮਈ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਆ, ਤੁਸੀਂ ਸਾਰਿਆਂ ਨੇ ਦੇਖ ਕੇ ਆਉਣਾ ਵਾ ਅਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਕਿੱਦਾਂ ਦੀ ਫਿਲਮ ਆ। ਬਾਕੀ ਮੈਂ ਬਾਬਾ ਸਰਪਾਲ ਅਗਲੀ ਵਾਰ ਇੱਕ ਹੋਰ ਫਿਲਮ ਦਾ ਟ੍ਰੇਲਰ ਰਿਵਿਊ ਲੈ ਕੇ ਆਵਾਂਗਾ, ਤਦ ਤੱਕ ਮੈਨੂੰ ਦੋ ਅਲਵਿਦਾ, ਸਤਿ ਸ਼੍ਰੀ ਅਕਾਲ, ਬਾਏ ਅਤੇ ਦੇਖਦੇ ਰਹੋ ਟੈਂਗੀ ਟੀਵੀ।